सिख धर्म की हर गतिविधि अते गुरबाणी वास्ते हुने सब्सक्राइब करो गुरबाणी अखंड बाणी अते नोटिफिकेशंस वास्ते बेल नू रिंग करो। जिवें खहरा साहब अज गल कर रहे ने कि मोस्ट करप्ट लीडर को सगन लैन गए, मैं इत्थे दसना चाहुंना कि असी खहरा साहब वर्गी राजनीति नहीं करना चाहुंदे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਆਮ ਆਦਮੀ ਪਾਰਟੀ ਦੀਆਂ ਦੋ ਵਿਧਾਇਕਾਂ ਬਰਜਿੰਦਰ ਕੌਰ ਅਤੇ ਰੁਪਿੰਦਰ ਕੌਰ, ਜਿਨ੍ਹਾਂ ਦੇ ਬੀਤੇ ਦਿਨੀ ਅਨੰਦ ਕਾਰਜ ਹੋਏ ਜੋ ਵਿਆਹ ਦੇ ਬੰਧਨ ਦੇ ਵਿੱਚ ਬੰਨੀਆਂ, ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹਨਾਂ ਦੋਹਾਂ ਨੂੰ ਨਿਯੋਤਾ ਗਿਆ ਇਹਨਾਂ ਦੇ ਘਰ ਪਹੁੰਚਣ ਦਾ, ਤੇ ਇਹ ਦੋਨੋਂ ਆਪ ਵਿਧਾਇਕਾ ਕੈਪਟਨ ਅਮਰਿੰਦਰ ਸਿੰਘ ਦੇ ਘਰ ਪਹੁੰਚਿਆ ਵੀ, ਜਿਸ ਦੀਆਂ ਤਸਵੀਰਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਵੀ ਕੀਤੀਆਂ। ਪਰ ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਜੋ ਤੰਜ ਕੱਸੇ, ਜੋ ਕੁਝ ਕਿਹਾ ਉਹ ਤੁਸੀਂ ਸਭ ਬਾਖੂਬੀ ਜਾਣਦੇ ਹੋ, ਅਤੇ ਉਸਦਾ ਜਵਾਬ ਬਰਜਿੰਦਰ ਕੌਰ ਦੇ ਪਤੀ ਸੁਖਰਾਜ ਸਿੰਘ ਬਲ ਨੇ ਬਾਖੂਬੀ ਦਿੱਤਾ। ਕੀ ਕਿਹਾ ਸੁਖਰਾਜ ਸਿੰਘ ਬਲ ਨੇ ਸੁਖਪਾਲ ਸਿੰਘ ਖਹਿਰਾ ਨੂੰ, ਤੁਸੀਂ ਆਪ ਸੁਣ ਲਵੋ। ਇਹ ਵੀ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਕੈਪਟਨ ਸਾਹਿਬ ਵੱਲੋਂ ਸਾਨੂੰ ਲੰਚ 'ਤੇ ਇਨਵਾਈਟ ਕੀਤਾ ਗਿਆ ਸੀ, ਸਿਰਫ ਸਾਨੂੰ ਦੋਨਾਂ ਨੂੰ ਨਹੀਂ, ਉਹਨਾਂ ਨੇ ਆਪਣੀ ਪਾਰਟੀ ਦੇ ਵੀ ਵਿਧਾਇਕਾਂ ਨੂੰ, ਕਪਲਸ ਨੂੰ ਇਨਵਾਈਟ ਕੀਤਾ ਸੀ, ਅਤੇ ਉੱਥੇ ਉਹਨਾਂ ਨੇ ਸਾਨੂੰ 5500 ਦਾ ਸਗਨ ਪਾਇਆ ਸੀ। ਅਤੇ ਮੈਂ ਇਸ ਮੁੱਦੇ 'ਤੇ ਮੈਂ ਰਾਜਨੀਤੀ ਨਹੀਂ ਕਰਨਾ ਚਾਹੁੰਦਾ। ਜੇ ਅਸੀਂ ਗਏ ਸੀ ਤਾਂ ਅਸੀਂ ਐਜ਼ ਏ CM ਦੀ ਕੁਰਸੀ ਦੀ ਰਿਸਪੈਕਟ 'ਤੇ ਕਰਨ ਗਏ ਸੀ ਕਿ ਉਹ ਸਾਰੇ ਪੰਜਾਬ ਦੇ CM ਨੇ, ਸਿਰਫ ਕਾਂਗਰਸ ਦੇ CM ਨਹੀਂ ਆ, ਅਤੇ ਅਸੀਂ ਉਸ ਨੂੰ ਮੱਦੇਨਜ਼ਰ, ਸਾਡਾ ਕੋਈ ਮਨ ਦੇ ਵਿੱਚ ਨਹੀਂ ਸੀ ਕਿਸੇ ਨੂੰ ਵੀ ਹਰਟ ਕਰਨ ਦਾ, ਅਸੀਂ CM ਦੀ ਰਿਸਪੈਕਟ 'ਤੇ ਗਏ ਸੀ। ਅਤੇ ਜਿਵੇਂ ਖਹਿਰਾ ਸਾਹਿਬ ਅੱਜ ਗੱਲ ਕਰ ਰਹੇ ਨੇ ਕਿ ਮੋਸਟ ਕਰਪਟ ਲੀਡਰ ਕੋ ਸਗਨ ਲੈਣ ਗਏ, ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅਸੀਂ ਖਹਿਰਾ ਸਾਹਿਬ ਵਰਗੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ। ਖਹਿਰਾ ਸਾਹਿਬ ਕੈਪਟਨ ਸਾਹਿਬ ਦੀ ਮਾਤਾ ਜੀ ਦੇ ਭੋਗ 'ਤੇ ਗਏ ਸੀ, ਅਤੇ ਉੱਥੇ ਉਹਨਾਂ ਨੇ ਤਰੀਫਾਂ ਦੇ ਪੁੱਲ ਬੰਨੇ ਸੀ ਕੈਪਟਨ ਸਾਹਿਬ ਦੇ, ਅਤੇ ਪਾਣੀਆਂ ਦਾ ਰਾਖਾ ਤੱਕ ਕਿਹਾ ਸੀ, ਅਤੇ ਬਾਹਰ ਆ ਕੇ ਕੈਪਟਨ ਸਾਹਿਬ ਨੂੰ ਗਾਲਾਂ ਕੱਢਦੇ ਨੇ। ਅਸੀਂ, ਮੈਂ ਇੱਦਾਂ ਦੀ ਰਾਜਨੀਤੀ ਨਹੀਂ ਕਰਦਾ। ਰਾਜਨੀਤੀ ਹੋਣੀ ਚਾਹੀਦੀ ਪੰਜਾਬ ਦੇ ਮੁੱਦਿਆਂ 'ਤੇ, ਏਜੰਡਿਆਂ 'ਤੇ, ਨਾ ਕਿ ਤੁਸੀਂ ਕਿਸੇ ਦੇ ਵਿਆਹ 'ਤੇ ਰਾਜਨੀਤੀ। ਗੁਰਪਿਆਰਿਓ, ਸਾਡੇ ਸੰਸਕਾਰ ਸਾਨੂੰ ਹਰ ਚੀਜ਼ ਯਾਦ ਕਰਵਾਉਂਦੇ ਨੇ, ਪਰ ਸ਼ਰਤ ਹੈ ਕਿ ਸਾਡੇ ਅੰਦਰ ਸਾਡੇ ਸੰਸਕਾਰ ਜਿਉਂਦੇ ਹੋਣੇ ਚਾਹੀਦੇ ਨੇ। ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਹੋਰ ਪਾਰਟੀ ਦੀਆਂ ਵਿਧਾਇਕਾਂ ਨੂੰ ਨਿਯੋਤਾ ਭੇਜਿਆ ਤਾਂ ਇਸ ਦੇ ਵਿੱਚ ਕੋਈ ਵੀ ਗਲਤ ਕੰਮ ਨਹੀਂ ਕੀਤਾ। ਜੇ ਅਤੇ ਅਗਰ ਉਹ ਵਿਧਾਇਕਾਂ ਪੰਜਾਬ ਦੇ ਚੀਫ ਮਿਨਿਸਟਰ ਦਾ ਮਾਣ ਸਨਮਾਨ ਰੱਖਦਿਆਂ ਹੋਇਆਂ ਉੱਥੇ ਪਹੁੰਚੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਪਿਆਰ ਦੇ ਨਾਲ ਦਿੱਤਾ ਹੋਇਆ ਸ਼ਗਨ 5100 ਰੁਪਏ ਕਬੂਲ ਕੀਤਾ, ਤਾਂ ਇਸ ਦੇ ਵਿੱਚ ਵੀ ਕੋਈ ਗਲਤ ਗੱਲ ਨਹੀਂ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਚਾਹੇ ਅੱਜ ਪੰਜਾਬ ਦੇ CM ਨੇ, ਪਰ ਉਹ ਮਹਾਰਾਜਾ ਪਟਿਆਲਾ ਵੀ ਨੇ। ਤੇ ਇਹ ਚੀਜ਼ਾਂ ਸਾਨੂੰ ਕਦੇ ਨਹੀਂ ਭੁੱਲਣੀਆਂ ਚਾਹੀਦੀਆਂ ਕਿ ਉਹ ਸਾਡੇ ਕੌਮ ਦੇ ਇੱਕ ਅਜਿਹੇ ਬਜ਼ੁਰਗ ਨੇ ਜਿਨ੍ਹਾਂ ਦਾ ਆਸ਼ੀਰਵਾਦ ਹਰ ਸੱਚੇ ਇਨਸਾਨ ਨੂੰ ਲੈਣਾ ਚਾਹੀਦਾ ਹੈ, ਜੇਕਰ ਉਹ ਪਿਆਰ ਦੇ ਨਾਲ ਸੱਦਾ ਦਿੰਦੇ ਹੋਣ। ਤੇ ਜੋ ਲੋਕ ਅਜਿਹੀਆਂ ਚੀਜ਼ਾਂ ਨੂੰ ਵੀ ਕ੍ਰਿਟੀਸਾਈਜ਼ ਕਰਦੇ ਨੇ ਤੇ ਹਰ ਚੀਜ਼ ਨੂੰ ਸਿਰਫ ਤੇ ਸਿਰਫ ਪੋਲੀਟੀਕਲ ਤਰਾਜ਼ੂ ਦੇ ਵਿੱਚ ਤੋਲ ਕੇ ਵੇਖਦੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਆਪਣਾ ਨਜ਼ਰੀਆ ਅੱਜ ਬਦਲਣ ਦੀ ਲੋੜ ਹੈ। ਕਿਉਂਕਿ ਸਿਆਣੇ ਅਕਸਰ ਕਿਹਾ ਕਰਦੇ ਨੇ ਕਿ ਵੱਡਿਆਂ ਦੇ ਆਸ਼ੀਰਵਾਦ ਦੇ ਅੰਦਰ ਹੀ ਸਭ ਕੁਝ ਹੁੰਦਾ ਹੈ, ਵੱਡਿਆਂ ਦੇ ਆਸ਼ੀਰਵਾਦ ਦੇ ਅੰਦਰ ਹੀ ਸਾਡੀਆਂ ਸਾਰੀਆਂ ਖੁਸ਼ੀਆਂ, ਸਾਡੀਆਂ ਸਾਰੀਆਂ ਤਰੱਕੀਆਂ ਸਮਾਈਆਂ ਹੁੰਦੀਆਂ ਨੇ। ਤੇ ਜੇਕਰ ਅਸੀਂ ਆਪਣੇ ਅਹੁਦਿਆਂ ਦੇ ਚੱਲਦਿਆਂ ਵੱਡਿਆਂ ਦਾ ਸਨਮਾਨ ਕਰਨਾ ਭੁੱਲ ਜਾਵਾਂਗੇ ਤਾਂ ਸਾਡੀਆਂ ਤਰੱਕੀਆਂ ਵੀ ਰੁਕ ਜਾਣਗੀਆਂ, ਤੇ ਕਿਤੇ ਨਾ ਕਿਤੇ ਅਸੀਂ ਆਪਣੇ ਸੰਸਕਾਰਾਂ ਤੋਂ ਵੀ ਵਾਂਝੇ ਹੋ ਜਾਵਾਂਗੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਕਿ ਵਰਜਿੰਦਰ ਕੌਰ ਅਤੇ ਰੁਪਿੰਦਰ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਘਰੇ ਜਾ ਕੇ ਸ਼ਗਨ ਲੈ ਕੇ ਸਹੀ ਕੀਤਾ ਜਾਂ ਗਲਤ ਕੀਤਾ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।